ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਘੇ ਕੱਲ 26 ਜਨਵਰੀ ਸੀ ਭਾਰਤ ਦਾ ਗਣਤੰਤਰ ਦਿਵਸ ਅਕਾਲ ਚੈਨਲ ਨਾਲ ਕੰਮ ਕਰਦਿਆਂ ਰਸਾਲਾ ਵੰਗਾਰ ਦੇ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਨਾਲ ਇੱਕ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਰਤੀ ਸੁਰੱਖਿਆ ਫੋਰਸਾਂ ਭਾਰਤੀ ਸੁਰੱਖਿਆ ਬਲ ਜਿੱਥੇ-ਜਿੱਥੇ ਵੀ ਸੰਘਰਸ਼ ਚੱਲਦਾ ਉਥੇ ਕਿਵੇਂ ਬਲਾਤਕਾਰ ਨੂੰ ਬੀਬੀਆਂ ਨਾਲ ਬਲਾਤਕਾਰ ਨੂੰ ਇੱਕ ਹਥਿਆਰ ਵਜੋਂ ਇਹਨਾਂ ਬਲਾਵਾਂ ਵੱਲੋਂ ਵਰਤਿਆ ਜਾਂਦਾ ਉਹ ਉਦਾਹਰਣ ਦੇ ਰਹੇ ਸਨ ਖਾਸ ਤੌਰ ਤੇ ਕਸ਼ਮੀਰ ਤੇ ਮਨੀਪੁਰ ਦੀ ਉਥੇ ਦੀਆਂ ਬੱਚੀਆਂ ਦੇ ਨਾਲ ਜੋ ਕੁਝ ਹੋਇਆ ਉਹ ਐਗਜ਼ਾਮਪਲ ਆਉਣਾ ਦਿੱਤੀਆਂ ਮੈਂ ਸਵਾਲ ਕੀਤਾ ਸੀ ਕਿ ਤੁਸੀਂ ਕਿਰਪਾ ਕਰਕੇ ਇਹ ਵੀ ਸਾਂਝ ਪਾਓ ਕਿ ਪੰਜਾਬ ਦੇ ਵਿੱਚ 80ਵਿਆਂ 90ਵਿਆਂ ਦੇ ਦਿਨਾਂ ਦੇ ਵਿੱਚ ਕੀ ਕੀ ਹੋਇਆ ਉਹਨਾਂ ਨੇ ਏਆਰ ਦਰਸ਼ੀ ਹੋਣਾਂ ਦੀ ਉਦਾਹਰਣ ਦਿੱਤੀ ਅਤੇ ਹੋਰ ਵੀ ਪੁਲਿਸ ਦੇ ਥਾਣਿਆਂ ਦੇ ਵਿੱਚ ਜੋ ਕੁਛ ਵਾਪਰਿਆ ਉਹਦੀ ਉਦਾਹਰਣ ਦਿੱਤੀ ਉਹ ਛੋਟਾ ਜਿਹਾ ਕਲਿੱਪ ਮੈਂ ਅੱਜ ਆਪਣੇ ਪੇਜ ਅਤੇ ਇੱਥੇ ਵੌਲਟੇ ਵੀ ਪਾਇਆ ਹੋਇਆ ਇਸੇ ਸੰਦਰਭ ਵਿੱਚ ਜੋ ਮੈਨੂੰ ਖਿਆਲ ਆਇਆ ਕਿ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੀਦੀ ਆ ਉਹ ਇਹ ਆ ਕਿ ਹਰਪ੍ਰਜਨ ਸਿੰਘ ਹਲਵਾਰ ਵੀ ਹੋਇਆ ਜਿਨ੍ਹਾਂ ਦਾ ਪਿਸ਼ੋਕੜ ਨੈਕਸਟ ਸਲਾਈਡ ਮੂਵਮੈਂਟ ਨਾਲ ਸੀ ਤੇ ਬਾਅਦ ਵਿੱਚ ਉਹ ਪੰਜਾਬੀ ਟ੍ਰਿਬਿਊਨ ਦੇ ਲੰਮਾ ਸਮਾਂ ਸੰਪਾਦਕ ਰਿਹਾ ਇਹ ਜੋ ਮੈਂ ਲੇਖ ਅੱਜ ਨਾਲ ਪੜਨ ਜਾ ਰਿਹਾ ਇਹਦੇ ਵਿੱਚ ਲੇਖਕ ਦਾ ਆਪਣਾ ਨਜ਼ਰੀਆ ਮੇਰਾ ਨੀਗਾ ਜੋ ਮੈਂ ਪੜਨਾ ਹੁਣ ਹੂਬ ਹੂ ਪੜਨਾ ਤੇ ਜੋ ਸਿੱਖ ਸੰਘਰਸ਼ ਦੇ ਹਮੈਤੀ ਆ ਉਹਨਾਂ ਲਈ ਇਹ ਸ਼ਬਦ ਚੁਬਵਾ ਵੀ ਹੋ ਸਕਦਾ ਕਿਉਂਕਿ ਸਿੰਘਾਂ ਨੂੰ ਜੁਜਾਰੂ ਸਿੰਘਾਂ ਬਾਰੇ ਇੱਥੇ ਸ਼ਬਦ ਦਹਿਸ਼ਤ ਗਰਦ ਵਰਤਿਆ ਗਿਆ ਕਿਉਂਕਿ ਭਾਰਤੀ ਅਖਬਾਰਾਂ ਨੇ ਜੋ ਸੰਤੋਲਨ ਜਾਂ ਬਣਾਉਣਾ ਹੁੰਦਾ ਚਾਹੇ ਉਹ ਸਟੇਟ ਦੀ ਜਦੋਂ ਨੁਕਤਾਚੀਨੀ ਕਰਦੀਆਂ ਨੇ ਪਰ ਉਹਦੇ ਵਿਚਾਲੇ ਵੀ ਉਹ ਅ ਕਿਸ ਤਰ੍ਹਾਂ ਗੱਲ ਕਰਦੀਆਂ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸੁਣ ਕੇ ਸੋ ਮੈਂ ਪਹਿਲਾਂ ਇਹ ਗੱਲ ਦੱਸ ਰਿਹਾ ਸੋ ਜਿਹੜਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਚੱਲੇ ਆ ਉਹ ਇਸ ਗੱਲ ਨਾਲ ਜੁੜਦਾ ਜਿਵੇਂ ਤੁਸੀਂ ਤਸਰਲੇਖ ਪੜ੍ਹ ਰਹੇ ਹੋਵੋਗੇ ਕਿ ਜੋ ਬੀਬੀਆਂ ਨਾਲ ਅਤੇ ਪੰਜਾਬ ਦੀ ਧਰਤੀ ਦੇ ਸਿੱਖ ਈਬੀਆਂ ਨਾਲ ਸਿੱਖ ਸੰਘਰਸ਼ ਦਾ ਨਾਂ ਬਲਾਤਕਾਰ ਹੋਇਆ ਉਹਨਾਂ ਦੀ ਇੱਕ ਉਦਾਹਰਣ ਇਸ ਲੇਖ ਦੇ ਵਿੱਚ ਮੈਂ ਪੜ੍ਹ ਕੇ ਸੁਣਾ ਰਿਹਾ ਅ ਲੇਖ ਦਾ ਨਾਮ ਹੈ ਜੀ ਰਾਖੇ ਜਾਂ ਮੁਜਰਮ ਤੇ ਕਾਤਲ ਇਹ ਦੱਸ ਦਿਆਂ ਕਿ ਇਹ ਘਟਨਾ ਜੋ ਤੁਹਾਡਾ ਸਾਂਝੀ ਕਰਨੀ ਹੈ ਜੂਨ ਜਾਂ ਜੁਲਾਈ ਦੇ 1999 ਦੀ ਹੈ ਕਈ ਸਾਲ ਬੀਤ ਗਏ ਚਾਹੇ ਇਸ ਨੂੰ ਦਹਾਕੇ ਤਿੰਨ ਦੇ ਕਰੀਬ ਬੀਤ ਗਏ ਪਰ ਜੋ ਕੁਝ ਬੀਤਿਆ ਹੋਵੇ ਜੇ ਉਸ ਨੂੰ ਯਾਦ ਨਾ ਕਰੀਏ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੱਡੀ ਸਜ਼ਾ ਵੱਡੇ ਦੁਖਾਂਤ ਭੋਗਣੇ ਪੈਂਦੇ ਆ ਅਤੀਤ ਜੋ ਬੀਤਿਆ ਹੋਵੇ ਉਸ ਨੂੰ ਵੀ ਚੇਤੇ ਰੱਖਣਾ ਪੈਂਦਾ ਸੋ ਇਸ ਕਰਕੇ ਮੈਂ ਇਹ ਕੋਸ਼ਿਸ਼ ਕਰ ਰਿਹਾ ਆ ਆਰਟੀਕਲ ਸ਼ੁਰੂ ਕਰ ਰਹੇ ਆ ਜੀ ਸੰਪਾਦਕੀ ਲੇਖ ਆ ਹਰਪ੍ਰਜਨ ਸਿੰਘ ਗਲਵਾਰੀ ਹੋਣਾ ਦਾ ਰਾਕੇ ਜਾਂ ਮੁਜਰਮ ਤੇ ਕਾਤਲ ਪੰਜਾਬ ਆਰਮਡ ਪੁਲਿਸ ਦੇ ਸਪਾਹੀਆਂ ਵੱਲੋਂ ਜਿਸ ਨੂੰ ਪੀਪੀ ਕਿਹਾ ਜਾਂਦਾ ਪੰਜਾਬ ਆਰਮਡ ਪੁਲਿਸ ਦੇ ਸਪਾਹੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਦੀਆਂ ਦੋ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਤੇ ਫਿਰ ਉਹਨਾਂ ਨੂੰ ਕਤਲ ਕਰਨ ਦੀ ਵਾਰਦਾਤ ਦਿਲ ਹਿਲਾਉਣ ਵਾਲੀ ਹੈ ਲੋਕਾਂ ਦੇ ਰਾਖੇ ਸਮਝੇ ਜਾਣ ਵਾਲੇ ਪੁਲਿਸ ਕਰਮਚਾਰੀ ਖੋਦ ਮੁਜਰਮ ਤੇ ਕਾਤਲ ਬਣ ਗਏ ਹਨ ਇਸ ਤੋਂ ਵੱਡੀ ਅਫਸੋਸਨਾਕ ਗੱਲ ਹੋਰ ਕਿਹੜੀ ਹੋ ਸਕਦੀ ਹੈ ਇਥੇ ਹੀ ਬਸ ਨਹੀਂ ਸਥਾਨਕ ਪੁਲਿਸ ਦੇ ਕਈ ਦਿਨਾਂ ਤੱਕ ਦੋਸ਼ੀਆਂ ਵਿਰੁੱਧ ਰਿਪੋਰਟ ਦਰਜ ਕਰਨ ਤੋਂ ਇਨਕਾਰ ਕੀਤਾ ਅਤੇ ਪੰਚਾਇਤ ਮੈਂਬਰਾਂ ਨੂੰ ਇਲਾਕੇ ਵਿੱਚ ਆਏ ਰਾਜਪਾਲ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨੂੰ ਵੀ ਪੁਲਿਸ ਨੇ ਸਿਰੇ ਨਾ ਚੜਨ ਦਿੱਤਾ ਪੁਲਿਸ ਦੇ ਸਪਾਈਆਂ ਵੱਲੋਂ ਖੋਰ ਪਾਪ ਵਰਗਾ ਜੁਰਮ ਕੀਤਾ ਜਾਣਾ ਨੂੰ ਲੂ ਕੰਡੇ ਕਰਨ ਵਾਲੀ ਕਾਨੂੰਨੀ ਕਰਤੂਤ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਗੁੱਸਾ ਤੇ ਬੇਚੈਨੀ ਦਾ ਫੈਲਣਾ ਕੁਦਰਤੀ ਹੀ ਹੈ ਪਰ ਜੇ ਇਸ ਦੁਖਾਂਤ ਦਾ ਸ਼ਿਕਾਰ ਹੋਣ ਵਾਲੀਆਂ ਮਾਸੂਮ ਬੱਚੀਆਂ ਦੇ ਮਾਪਿਆਂ ਦੀ ਸੁਣਵਾਈ ਥਾਣੇਦਾਰ ਤੋਂ ਲੈ ਕੇ ਐਸਐਸਪੀ ਤੱਕ ਵੀ ਨਾ ਹੋਵੇ ਤਾਂ ਇਸ ਤੋਂ ਸਾਡੀ ਅਮਨ ਕਾਨੂੰਨ ਕਾਇਮ ਰੱਖਣ ਵਾਲੀ ਪ੍ਰਣਾਲੀ ਵਿੱਚ ਆਏ ਡੂੰਘੇ ਨਿਗਾਰ ਦਾ ਸਬੂਤ ਸਹਿਜੇ ਹੀ ਮਿਲ ਜਾਂਦਾ ਹੈ ਇਸ ਤੋਂ ਵੀ ਉੱਪਰ ਵਾਧਾ ਇਹ ਹੈ ਕਿ ਇੱਕ ਮਰਤਕ ਲੜਕੀ ਦੇ ਰਿਪੋਰਟ ਦਰਜ ਕਰਾਉਣ ਆਏ ਪਿਤਾ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਇਹ ਲਿਖ ਕੇ ਦੇਣ ਲਈ ਮਜਬੂਰ ਕੀਤਾ ਗਿਆ ਕਿ ਲੜਕੀ ਨੇ ਆਤਮ ਹੱਤਿਆ ਕੀਤੀ ਹੈ ਪੁਲਿਸ ਦੀ ਇਸ ਜ਼ਬਰਦਸਤੀ ਅੱਗੇ ਨਾ ਝੁਕਣ ਕਰਕੇ পীੜਤ ਬਾਪ ਨੂੰ ਪੁਲਿਸ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਜੇ ਪਿੰਡ ਵਾਸੀਆਂ ਨੇ ਜ਼ੋਰ ਪਾਉਣ ਉਪਰੰਤ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਘਟਨਾ ਦਾ ਗੰਭੀਰ ਨੋਟਿਸ ਨਾ ਲੈਂਦਾ ਤਾਂ ਹੋ ਸਕਦਾ ਸੀ ਕਿ ਇਹ ਸਾਰਾ ਮਸਲਾ ਮਾਮਲਾ ਠੱਪ ਹੋ ਕੇ ਰਹਿ ਜਾਂਦਾ ਕਿਉਂਕਿ ਅੱਜਕੱਲ੍ਹ ਪੰਜਾਬ ਵਿੱਚ ਆਤੰਕਵਾਦ ਨੂੰ ਦਬਾਉਣ ਦੇ ਨਾਂ ਹੇਠ ਪੁਲਿਸ ਵੱਲੋਂ ਪ੍ਰਾਂਤ ਦੇ ਕੁਝ ਖੇਤਰਾਂ ਵਿੱਚ ਦਸ਼ਕ ਦਾ ਜੋ ਦੌਰ ਚਲਾਇਆ ਗਿਆ ਹੈ ਉਸ ਨੂੰ ਦੇਖਦਿਆਂ ਬਹੁਤੇ ਲੋਕ ਆਪਣਾ ਮੂੰਹ ਬੰਦ ਰੱਖਣ ਵਿੱਚ ਹੀ ਭਲਾ ਸਮਝਦੇ ਹਨ ਪੁਲਿਸ ਦੀਆਂ ਵਦੀਕੀਆਂ ਦੀ ਇਹ ਕੋਈ ਪਹਿਲੀ ਮਿਸਾਲ ਨਹੀਂ ਪਹਿਲਾਂ ਵੀ ਦਰਜਨ ਥਾਮਾਂ ਉੱਤੇ ਅਨੇਕਾਂ ਪਰਿਵਾਰਾਂ ਨੂੰ ਤੰਗ ਤੇ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇਸਤਰੀਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਮਾਫ ਨਹੀਂ ਕੀਤਾ ਗਿਆ ਪੁਲਿਸ ਵਧੀਆਂ ਦੀ ਗਲਤ ਤਾਂ ਰਾਜਪਾਲ ਦੇ ਸਲਾਹਕਾਰ ਸ੍ਰੀ ਜੇਫ ਰਬੇਰੋ ਨੇ ਵੀ ਜਨਤਕ ਤੌਰ ਤੇ ਮੰਨੀ ਹੈ ਭਾਵੇਂ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਕਾਬੂ ਵਿੱਚ ਰੱਖਣ ਦਾ ਭਰੋਸਾ ਕਈ ਵਾਰ ਦਵਾਇਆ ਗਿਆ ਹੈ ਪਰ ਅਮਲੀ ਰੂਪ ਵਿੱਚ ਸ਼ਾਇਦ ਹੀ ਕੋਈ ਅਜਿਹੀ ਕਾਰਵਾਈ ਕੀਤੀ ਗਈ ਹੋਵੇ ਜਿਸ ਨਾਲ ਆਮ ਲੋਕਾਂ ਦਾ ਭਰੋਸਾ ਬਚ ਸਕੇ ਪੰਜਾਬ ਦਾ ਗਵਰਨਰ ਰੀ ਰਾਜ ਗਵਰਨਰਰੀ ਰਾਜ ਪ੍ਰਬੰਧ ਅਤੇ ਕੇਂਦਰ ਸਰਕਾਰ ਵਿਚਲੇ ਨੇਤਾਵਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਕਿਹਾ ਜਾਂਦਾ ਹੈ ਕਿ ਉਹ دہشت گردੀ ਉੱਤੇ ਕਾਬੂ ਪਾਉਣ ਲਈ ਸਰਕਾਰ ਨੂੰ ਸਹਿਯੋਗ ਦੇਣ ਪਰ ਪਿੰਡ ਭਾਮ ਵਿੱਚ ਹੋਈ ਵਾਰਦਾਤ ਵਰਗੀਆਂ ਨਿੰਦਾਜਨਕ ਵਾਰਦਾਤਾਂ ਨੂੰ ਵੇਖਦਿਆਂ ਸੁਰੱਖਿਆ ਦਲਾਂ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਮੰਗ ਆਪਣੇ ਆਪ ਵਿੱਚ ਮਜ਼ਾਕ ਜਿਹਾ ਲੱਗਦੀ ਹੈ ਦੇਸ਼ਤਗਰਦਾਂ ਨਾਲ ਸੰਪਰਕ ਹੋਣ ਦੇ ਆਧਾਰ ਤੇ ਹੋਣ ਦੇ ਸ਼ੱਕ ਦੇ ਆਧਾਰ ਉੱਤੇ ਸੁਰੱਖਿਆ ਦਲਾਂ ਵੱਲੋਂ ਸੈਂਕੜੇ ਹਜ਼ਾਰਾਂ ਲੋਕਾਂ ਨਾਲ ਵਦੀਰੀਆਂ ਵਦੀਕੀਆਂ ਕਰਨ ਦੀ ਹਾਲਤ ਵਿੱਚ ਉਹਨਾਂ ਤੋਂ ਕਿਸ ਪ੍ਰਕਾਰ ਦੇ ਸਹਿਯੋਗ ਦੀ ਤਵਕਕੋ ਕੀਤੀ ਜਾ ਸਕਦੀ ਹੈ। دہشتਗਰਦਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਸਮੇਂ ਸੁਰੱਖਿਆ ਦਲਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚਣ ਦੀਆਂ ਉਦਾਹਰਣਾਂ ਬਹੁਤ ਥੋੜੀਆਂ ਹਨ। ਜਦੋਂ ਕਿ ਵਾਰਦਾਤ ਉਪਰੰਤ ਪੁਸ਼ਪੜਤਾੜ ਤੇ ਆਧਾਰ ਤੇ ਸਬੰਧਤ ਪਿੰਡ ਜਾਂ ਇਲਾਕੇ ਦੇ ਲੋਕਾਂ ਦੀ ਨਜ਼ਾਇਜ਼ ਖੇਚ ਤੂ ਦੀਆਂ ਮਸਾਲਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। નિર્ਦੋਸ਼ ਲੋਕਾਂ ਨੂੰ ਤੰਗ ਤੇ ਪਰੇਸ਼ਾਨ ਕਰਕੇ ਪੁਲਿਸ ਵੱਲੋਂ ਪੈਸੇ ਵਟੋਰਨ ਦੀਆਂ ਸ਼ਿਕਾਇਤਾਂ ਵੀ ਅਕਸਰ ਹੁੰਦੀਆਂ ਰਹੀਆਂ ਹਨ। ਸੁਰੱਖਿਆ ਦਲਾਂ ਦਾ ਮੁੱਖ ਕਾਰਜ دہشت ਗਰਦੀ ਤੋਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੈ। ਪਰ ਜੇ ਲੋਕਾਂ ਦੇ ਰਾਖੇ ਹੀ ਉਹਨਾਂ ਦੇ ਦੁਸ਼ਮਣ ਬਣ ਜਾਣ ਤਾਂ ਉਹਨਾਂ ਨੂੰ ਢੋਈ ਕਿੱਥੇ ਪੰਜਾਬ ਦੇ નિર્ਦੋਸ਼ ਲੋਕ ਦੋਰੀ ਮਾਰ ਹੇਠ ਆਏ ਹੋਏ ਹਨ ਪਿੰਡ ਭਾਮ ਦੀਆਂ ਬਦਕਿਸਮਤ ਮਰਤਕ ਲੜਕੀਆਂ ਦੇ ਮਾਪਿਆਂ ਤੋਂ ਹੀ ਪਿੰਡ ਭਾਮ ਦੀਆਂ ਬਦਕਿਸਮਤ ਮਰਤਕ ਲੜਕੀਆਂ ਦੇ ਮਾਪਿਆਂ ਤੇ ਪਿੰਡ ਦੇ ਲੋਕਾਂ ਦੀ ਹੀ ਨਹੀਂ ਸਗੋਂ ਮਨੁੱਖੀ ਕਦਰਾਂ ਕੀਮਤਾਂ ਨੂੰ ਤਰਜੀਹ ਦੇਣ ਵਾਲੇ ਹਰ ਉਸ ਇਨਸਾਨ ਦੀ ਮੰਗ ਹੈ ਦੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਨਿਆਂ ਕੀਤਾ ਜਾਵੇ ਸਰਕਾਰ ਨੂੰ ਆਪਣੀ ਪੁਲਿਸ ਪ੍ਰਣਾਲੀ ਦੀ ਕਾਰਜਗਾਰੀ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ